ਅੱਜ 24 ਸਾਲ ਦਾ ਮੁੰਡਾ ਆ ਗਏ, ਉਹ ਇਕੱਲਾ ਸਿੱਖ ਦੀ ਗੱਲ ਕਰ ਰਿਹਾ। ਮਤਲਬ ਇੰਨੇ ਇੰਨੇ ਲੋਕ ਜਿਹੜੇ ਵਿਦਵਾਨੀ ਬੈਠੇ ਆ ਸਿੱਖ ਕੌਮ ਦੇ, ਉਹ ਸਿੱਖੀ ਦੀ ਗੱਲ ਨਹੀਂ ਕਰਦੇ, ਅਤੇ ਸਿੱਖਾਂ ਨਾਲ ਧੱਕਾ ਹੋ ਰਿਹਾ, ਦੱਬ ਗਏ ਕਿ ਉਹ ਯਾਰ ਇਹ ਗੱਲਾਂ ਕਰਨੀਆਂ ਬੇਕਾਰ ਨੇ। ਦੇਖੋ 1984 'ਚ ਜੋ ਹੋਇਆ, ਅਸੀਂ ਵਾਰ ਵਾਰ ਕਹਿੰਦੇ ਹਾਂ 1984 'ਚ ਜੋ ਹੋਇਆ ਉਹ ਸਰਕਾਰਾਂ ਦਾ ਕੰਮ ਸੀ। ਜਿਹੜੇ ਦੰਗੇ ਵੀ ਹੋਏ ਉਹ ਦੰਗੇ ਹਿੰਦੂ ਵਰਸੀ ਸਿੱਖ ਨਹੀਂ ਸੀ, ਅਸੀਂ ਵਾਰ ਵਾਰ ਇਹ ਗੱਲ ਕਹਿੰਦੇ ਹਾਂ, ਉਹ ਦੰਗੇ ਵੀ ਇੱਕ ਪਾਰਟੀ ਵਰਸੀ ਸਿੱਖ ਸੀ। ਇੱਕ ਪੀ ਕੇ ਫਿਲਮ ਆਈ ਸੀ ਨਾ, ਲੋਕਾਂ ਨੇ ਬੜਾ ਵਿਰੋਧ ਕੀਤਾ, ਮੈਂ ਉਹਦਾ ਵਿਰੋਧ ਨਹੀਂ ਕੀਤਾ, ਕਿਉਂਕਿ ਤੁਸੀਂ ਤੁਹਾਨੂੰ ਕੋਈ ਜਦੋਂ ਆਈਨਾ ਦਿਖਾਉਂਦਾ ਤੁਸੀਂ ਡਰ ਕੇ ਭੱਜ ਲੈਂਦੇ ਹੋ। 1984 ਦੇ ਵਿੱਚ ਜਿਹੜਾ ਕੰਮ ਹੋਇਆ ਉਹ ਇੱਕ ਸਰਕਾਰਾਂ ਦਾ ਕੰਮ ਸੀ, ਉਹ ਕੋਈ ਹਿੰਦੂ ਸਿੱਖ ਦਾ ਮਸਲਾ ਨਹੀਂ ਸੀ। ਅਸੀਂ ਹਰਿਮੰਦਰ ਕਹਿ ਦਿੰਦੇ ਹੋ, ਕਹਿੰਦੇ ਹਰਿਮੰਦਰ ਕਿਆ ਕਰੋ, ਠੀਕ ਹੈ ਨਾ, ਮਤਲਬ ਤਾਂ ਇੱਕੋ ਹੀ ਹੈ। ਕੋਈ ਧਰਮ ਦਾ, ਕੋਈ ਮੈਨੂੰ ਤਿਉਹਾਰਾਂ ਦਾ ਫਰਕ ਦੱਸ ਦਿਓ, ਸਿਰਫ ਇਹ ਤਿਉਹਾਰ ਦਾ ਫਰਕ ਹੁਣ ਪਾਇਆ, ਹੋਲੀ ਮਨਾਉਂਦੇ ਹੋ, ਹੋਲਾ ਮਹੱਲਾ ਮਨਾ ਲਿਆ। ਸਿੱਖ ਕੌਮ ਦਾ ਇਤਿਹਾਸ ਇੱਕ ਵਿਸ਼ਾਲ ਇਤਿਹਾਸ ਰਿਹਾ, ਇਹ ਸਿੱਖ ਕੌਮ ਦੇ ਇਤਿਹਾਸ ਦੇ ਹਿਸਾਬ ਨਾਲ ਨਹੀਂ ਚੱਲਦੇ। ਅੰਮ੍ਰਿਤਪਾਲ ਵਰਗੇ ਲੋਕ ਇਹ ਆਪਣੇ ਹੀ ਝੰਡੇ ਲੈ ਕੇ ਆਏ ਆ, ਆਪਣੇ ਹੀ ਝੰਡਿਆਂ ਦੇ ਨਾਮ ਨਾਲ ਚੱਲਦੇ ਆ। ਔਰ ਸਾਰਾ ਯੂਥ, ਨਵਾਂ ਜਿਹੜਾ ਮੁੰਡਾ ਨਾ, ਜਿਹੜਾ 18 ਸਾਲ ਤੋਂ 20 ਸਾਲ 25 ਸਾਲ 26 ਸਾਲ ਦੀ ਉਮਰ ਦੇ ਵਿੱਚ ਵਿਗਲਾ ਕੇ, ਉਹਨਾਂ ਨੂੰ ਗਲਤ ਇਤਿਹਾਸ ਦਿਖਾ ਕੇ, ਅਲੱਗ ਚੀਜ਼ਾਂ ਦਿਖਾ ਕੇ, ਉਹਨਾਂ ਨੂੰ ਵਿਗਲਾ ਕੇ, ਬ੍ਰੇਨ ਵਾਸ਼ ਕਰਕੇ ਇਹ ਲੋਕ ਜਿਹੜਾ ਕੰਮ ਕਰ ਰਹੇ ਨੇ, ਔਰ ਬੜਾ ਘਾਤਕ ਹੈ ਉਹ। ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ, ਬੜਾ ਜ਼ਿਆਦਾ ਘਾਤਕ। ਉਹ ਤਾਂ ਕਹਿੰਦੇ ਵੀ ਸਿੱਖੀ ਦੀ ਗੱਲ ਕੋਈ ਨਹੀਂ ਕਰ ਰਿਹਾ, ਤਾਂ ਕਰਕੇ ਸਾਨੂੰ ਕਰਨੀ ਪੈਂਦੀ ਹੈ, ਅਸੀਂ ਉਹਨਾਂ ਨੂੰ ਜਿਤਾਇਆ, ਅਤੇ ਬੰਦੀ ਸਿੰਘਾਂ ਦੀ ਗੱਲ ਨਹੀਂ ਕਰ। ਅੱਜ 24 ਸਾਲ ਦਾ ਮੁੰਡਾ ਆ ਗਏ, ਉਹ ਇਕੱਲਾ ਸਿੱਖ ਦੀ ਗੱਲ ਕਰ ਰਿਹਾ। ਮਤਲਬ ਇੰਨੇ ਇੰਨੇ ਲੋਕ ਜਿਹੜੇ ਵਿਦਵਾਨੀ ਬੈਠੇ ਆ ਸਿੱਖ ਕੌਮ ਦੇ, ਉਹ ਸਿੱਖੀ ਦੀ ਗੱਲ ਨਹੀਂ ਕਰਦੇ। ਇੱਕ ਗੱਲ ਮੈਨੂੰ ਦੱਸੋ, ਮੈਂ ਵਾਰ ਵਾਰ ਇਹ ਗੱਲਾਂ ਕਰਦੇ, ਸਿੱਖਾਂ ਨਾਲ ਧੱਕਾ ਹੋ ਰਿਹਾ, ਦੱਬ ਗਏ ਕਿ ਉਹ ਯਾਰ ਇਹ ਗੱਲਾਂ ਕਰਨੀਆਂ ਬੇਕਾਰ ਨੇ। ਦੇਖੋ 1984 'ਚ ਜੋ ਹੋਇਆ, ਅਸੀਂ ਵਾਰ ਵਾਰ ਕਹਿੰਦੇ ਹਾਂ 1984 'ਚ ਜੋ ਹੋਇਆ ਉਹ ਸਰਕਾਰਾਂ ਦਾ ਕੰਮ ਸੀ। ਜਿਹੜੇ ਦੰਗੇ ਵੀ ਹੋਏ ਉਹ ਦੰਗੇ ਹਿੰਦੂ ਵਰਸੀ ਸਿੱਖ ਨਹੀਂ ਸੀ, ਅਸੀਂ ਵਾਰ ਵਾਰ ਇਹ ਗੱਲ ਕਹਿੰਦੇ ਹਾਂ, ਉਹ ਦੰਗੇ ਵੀ ਇੱਕ ਪਾਰਟੀ ਵਰਸੀ ਸਿੱਖ ਸੀ, ਪੂਰੇ ਹਿੰਦੁਸਤਾਨ ਨੇ ਜਿਹੜੇ ਹੋਏ, ਠੀਕ ਹੈ ਨਾ, ਉਹ ਪਾਰਟੀ ਦੇ ਨੁਮਾਇੰਦੇ ਨਾਲ ਤੁਸੀਂ ਲੜੇ, ਉਹਦੇ 'ਚ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਕਿਹੜੀ ਸ਼ਕਲ 'ਤੇ। ਹੁਣ ਇੱਕ ਪੀ ਕੇ ਫਿਲਮ ਆਈ ਸੀ ਨਾ, ਲੋਕਾਂ ਨੇ ਬੜਾ ਵਿਰੋਧ ਕੀਤਾ, ਮੈਂ ਉਹਦਾ ਵਿਰੋਧ ਨਹੀਂ ਕੀਤਾ, ਕਿਉਂਕਿ ਤੁਸੀਂ, ਤੁਹਾਨੂੰ ਕੋਈ ਜਦੋਂ ਆਈਨਾ ਦਿਖਾਉਂਦਾ ਤੁਸੀਂ ਡਰ ਕੇ ਭੱਜ ਲੈਂਦੇ ਹੋ, ਠੀਕ ਹੈ, ਕਈ ਚੀਜ਼ਾਂ ਉਹਦੇ 'ਚ ਗਲਤ ਸੀ, ਠੀਕ ਹੈ ਨਾ, ਕਈ ਚੀਜ਼ਾਂ, ਲੇਕਿਨ ਕਈ ਚੀਜ਼ਾਂ 'ਚ ਹੁਣ ਤੁਸੀਂ ਗੱਲ ਕਰ ਲਓ, ਹਿੰਦੂ ਮੁਸਲਿਮ ਸਿੱਖ ਈਸਾਈ ਦੀ ਗੱਲ ਕਰਦੇ, ਉਹਨੇ ਇੱਕ ਤੁਹਾਨੂੰ ਸੀਨ ਯਾਦ ਹੋਊਗਾ, ਉਹਨੇ ਪਗੜੀ ਪਾਈ ਸੀ, ਉਹ ਕਹਿੰਦਾ ਜੀ ਇਹ ਕੌਣ ਹੈ, ਉਹ ਕਹਿੰਦਾ ਸਿੱਖ, ਕਹਿੰਦਾ ਨਹੀਂ ਇਹ ਈਸਾਈ ਹੈ, ਈਸਾਈ ਵਾਲੇ ਨੂੰ ਉਹਨੇ ਸਿੱਖ ਬਣਾ ਤਾ, ਉਹ ਇੱਥੋਂ ਮੁੱਛ ਲਾਉਂਦਾ, ਉਹ ਕਹਿੰਦਾ ਮੈਂ ਮੁਸਲਮਾਨ, ਠੀਕ ਹੈ ਨਾ, ਇੱਧਰੋਂ ਦਾੜੀ ਲਾਉਂਦਾ ਕਹਿੰਦਾ ਹਿੰਦੂ, ਦਾੜੀ ਲਾਉਂਦਾ ਸਿੱਖ। ਸੋ ਇਹ ਚੀਜ਼ਾਂ ਐਵੇਂ ਬੇਕਾਰ ਦੀਆਂ ਗੱਲਾਂ ਦੇ ਵਿੱਚ ਇਹ ਪਾਉਂਦੇ ਆ। 1984 ਦੇ ਵਿੱਚ ਜਿਹੜਾ ਕੰਮ ਹੋਇਆ ਉਹ ਇੱਕ ਸਰਕਾਰਾਂ ਦਾ ਕੰਮ ਸੀ, ਉਹ ਕੋਈ ਹਿੰਦੂ ਸਿੱਖ ਦਾ ਮਸਲਾ ਨਹੀਂ ਸੀ। ਲੇਕਿਨ ਕੁਛ ਰਾਜਨੀਤੀ ਕਰਨ ਵਾਲੇ ਪਾਰਟੀਆਂ ਨੇ, ਕੁਛ ਸਿੱਖਾਂ ਦੇ ਵਿੱਚ ਵੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਰੋਟੀਆਂ ਰਾਜਨੀਤਿਕ ਸੇਕਣੀਆਂ ਸੀ, ਉਹਨਾਂ ਨੇ ਹਿੰਦੂ ਸਿੱਖ ਦਾ ਮਸਲਾ ਬਣਾ ਕੇ, ਅੱਜ ਕਿੰਨੇ ਸਾਲ ਹੋ ਗਏ ਉਸ ਚੀਜ਼ ਨੂੰ, ਅੱਜ ਹਰ ਸਾਲ, ਅੱਜ ਮੈਂ ਕਹਿੰਦਾ ਕੀ ਹੈ ਕੱਲ੍ਹ ਅਸੀਂ ਦਰਬਾਰ ਸਾਹਿਬ ਕਿਸੇ ਦੇ, ਮੈਂ ਤੁਹਾਨੂੰ ਫਿਰ ਕਹਿੰਦਾ ਦਰਬਾਰ ਸਾਹਿਬ ਕਿਸੇ ਇੱਕ ਧਰਮ ਦਾ ਨਹੀਂ ਹੈ। ਹਰਿਮੰਦਰ ਸਾਹਿਬ ਜਿੰਨਾ ਮਰਜ਼ੀ ਇਹ ਕਹਿ ਦੇਣ ਵੀ ਤੁਸੀਂ ਹਰਿਮੰਦਰ ਸਾਹਿਬ ਨਹੀਂ ਹੈਗਾ, ਹਰਿਮੰਦਰ, ਅਸੀਂ ਹਰਿਮੰਦਰ ਕਹਿ ਦਿੰਦੇ ਹੋ, ਕਹਿੰਦੇ ਹਰਿਮੰਦਰ ਕਿਆ ਕਰੋ, ਠੀਕ ਹੈ ਨਾ, ਮਤਲਬ ਤਾਂ ਇੱਕੋ ਹੀ ਹੈ, ਤੁਸੀਂ ਕਹਿੰਦੇ ਹਰਿਮੰਦਰ ਨਹੀਂ ਕਹਿਣਾ ਜੀ, ਦਰਬਾਰ ਸਾਹਿਬ ਕਿਆ ਕਰੋ, ਤੁਸੀਂ ਇਤਿਹਾਸ ਨੂੰ ਕਿੱਦਾਂ ਕਹੋਗੇ ਜੇ ਮੇਰਾ ਨਾਮ ਰੋਹੀ ਸਾਨੀ ਮੇਰੇ ਪਿਓ ਨੇ ਰੱਖਿਆ, ਇਨ ਫਿਊਚਰ ਅੱਗੇ ਜਾ ਕੇ ਮੈਂ ਉਹਨੂੰ ਤੋਤਾ ਸਿੰਘ ਕਰ ਲਾਂ, ਅਤੇ ਪਿਛੋਕੜ ਨਹੀਂ ਬਦਲਿਆ ਜਾਣਾ, ਪਿਛੋਕੜ ਉਹੀ ਰਹਿਣਾ। ਸ਼੍ਰੀ ਗੁਰੂ ਗੋਬਿੰਦ ਰਾਏ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਠੀਕ ਹੈ ਨਾ, ਗੁਰੂ ਅਰਜਨ ਦੇਵ ਜੀ, ਇਹਨਾਂ ਦੇ ਮਗਰ ਸਿੰਘ ਕਿਉਂ ਨਹੀਂ ਲਾਏ? ਗੁਰੂ ਨਾਨਕ, ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਨਾਮ ਮਗਰ ਜਿਹੜੇ ਗੁਰੂ ਸਾਹਿਬ ਨੇ ਸਿੰਘ ਆਪ ਲਾਇਆ, ਅਤੇ ਤਾਂ ਉਹ ਸਿੰਘ ਬਣੇ।
ਮੇਰੀ ਤੁਹਾਡੀ ਕਿਸੇ ਇਹਨਾਂ ਬੰਦਿਆਂ ਦੀ ਔਕਾਤ ਨਹੀਂ ਹੈਗੀ ਵੀ ਅਸੀਂ ਕਿਸੇ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਸਿੰਘ ਕਿਉਂ ਨਹੀਂ ਕਹਿ ਸਕਦੇ? ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਨੇ ਆਪਣੇ ਨਾਮ ਦੇ ਕੇ ਸਿੰਘ ਨਹੀਂ ਲਾਇਆ। ਸਿੰਘ ਲੱਗਣਾ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਜੀ ਤੋਂ, ਜਿਨ੍ਹਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ। ਚਲੋ ਡੇ ਬਾਏ ਡੇ ਉਹ ਆਉਂਦੇ 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 ਉਹਨੂੰ ਧਰਮ ਦੇ ਇੱਕ ਨਾਮ ਦੇ ਦਿੱਤਾ ਗਿਆ। ਕੋਈ ਦਿੱਕਤ ਨਹੀਂ ਸਾਡੇ ਭੈਣ ਭਰਾ ਨੇ, ਕੋਈ ਮੈਨੂੰ ਫਰਕ ਤਾਂ ਦੱਸ ਦਿਓ, ਕੋਈ ਧਰਮ ਦਾ, ਕੋਈ ਮੈਨੂੰ ਤਿਉਹਾਰਾਂ ਦਾ ਫਰਕ ਦੱਸ ਦਿਓ। ਸਿਰਫ ਇਹ ਤਿਉਹਾਰ ਦਾ ਫਰਕ ਹੁਣ ਪਾਇਆ, ਹੋਲੀ ਮਨਾਉਂਦੇ ਹਾਂ ਹੋਲਾ ਮਹੱਲਾ ਬਣਾ ਲਿਆ, ਦਿਵਾਲੀ ਮਨਾਉਂਦੇ ਬੰਦੀ ਛੋੜ ਬਣਾ ਲਿਆ, ਠੀਕ ਹੈ ਨਾ। ਅਸੀਂ ਪੁਰਾਣੇ ਸ਼ਹਿਰ ਦੇ ਵਸਨੀਕ ਹਾਂ, ਅਸੀਂ ਤਾਂ ਕਦੀ ਦੇਖਿਆ ਹੀ ਨਹੀਂ ਸੀ ਵੀ ਉੱਥੇ ਲੇਡੀਜ਼ ਵੀ, ਸਿੱਖ ਪਰਿਵਾਰ ਦੀ ਲੇਡੀਜ਼ ਵੀ ਕੰਜਕਾਂ ਬਿਠਾਉਂਦੇ ਸੀ, ਅਸੀਂ ਵੀ ਬਿਠਾਉਂਦੇ ਸੀ, ਉਹ ਵੀ ਕਰਵਾ ਚੌਥ ਰੱਖਦੇ ਸੀ, ਉਹਨਾਂ ਦੇ ਈਵਨ ਉਹਨਾਂ ਦੇ ਘਰ ਕਰਵਾ ਚੌਥ ਦੀ ਪੂਜਾ ਹੁੰਦੀ ਸੀ ਸਿੱਖ ਪਰਿਵਾਰ ਦੀ ਘਰ ਘਰ। ਹੁਣ ਤਾਂ ਨਵੀਆਂ ਹੀ ਗੱਲਾਂ ਪੰਜਾਬ 'ਤੇ ਦੇਖਣ ਨੂੰ ਮਿਲਣ ਲੱਗ ਪਈਆਂ ਨਾ, ਅਤੇ ਉਹ ਚੀਜ਼ਾਂ ਅਸੀਂ ਕਹਿੰਦੇ ਜਿਹੜੇ ਅੰਮ੍ਰਿਤਪਾਲ ਵਰਗੇ ਲੋਕ ਜਦੋਂ ਆਉਣਗੇ, ਜਦੋਂ ਸਰਬਜੀਤ ਖਾਲਸਾ ਵਰਗੇ ਲੋਕ ਆਉਣਗੇ, ਇਹ ਸਮਾਜ ਨੂੰ ਕੀ ਸੇਧ ਦੇਣਗੇ? ਦੱਸੋ ਸਮਾਜ ਲਈ ਇਹਨਾਂ ਦੀ ਕੀ ਦੇ ਹੈ? ਡਰ ਕਿਉਂ ਹੈ ਇਹਨਾਂ ਕੋਲੋਂ? ਡਰ ਟੁਰਦਾ ਕਈ ਮਜਾ ਜੀ, ਡਰ ਡੁਰ ਕਾਹਦਾ ਹੁੰਦਾ? ਡਰੇ ਤਾਂ 1984 'ਚ ਨਹੀਂ, ਇਹ ਗੱਲ ਸਮਝੋ, ਡਰ ਥੋੜ੍ਹੀ ਹੁੰਦਾ ਕੋਈ ਡਰ। ਅਸੀਂ ਤਾਂ ਪੰਜਾਬ ਦੇ ਵਸਨੀਕ ਹੋਣ ਦੇ ਕਰਾਂਗੇ, ਪੰਜਾਬ ਦੇ ਪ੍ਰਤੀ ਆਪਣੀ ਚਿੰਤਾ ਵਿਅਕਤ ਕਰਨਾ। ਡਰਨਾ ਕੀ ਮਤਲਬ? ਡਰ ਕੇ ਕੀ ਸਾਡੇ ਘਰਾਂ ਹੀ ਬਣ ਜਾਣਗੇ? ਇਹਦਾ ਵਹਿਮ ਹੀ ਹੁੰਦਾ। ਡਰ ਡੁਰ ਕੋਈ ਨਹੀਂ ਹੈਗਾ, ਤੁਸੀਂ ਹਰ ਗੱਲ ਨੂੰ ਤੋੜ ਮਰੋੜ ਕੇ ਨਾ ਲਿਆਓ ਵੀ ਡਰ ਕੇ। ਡਰਨਾ ਕਾਹਦੇ ਲਈ ਹੈ?